ਤੁਹਾਨੂੰ ਪਤਾ ਕਿ ਰਾਜਪਾਲ ਦਾ ਭਾਸ਼ਣ ਡਿਸਟਰਬ ਨਹੀਂ ਕਰੀਦਾ ਹੁੰਦਾ, ਰਾਸ਼ਟਰਪਤੀ ਦਾ ਭਾਸ਼ਣ ਡਿਸਟਰਬ ਨਹੀਂ ਕਰੀਦਾ ਹੁੰਦਾ, ਤੁਸੀਂ ਅੱਜ ਪੜੂੰਗਾ ਇਹਨੂੰ ਪੜੂੰਗਾ। ਚਲੋ ਐ ਕਰੋ, ਇਹੀ ਡਿਬੇਟ ਕਰਨੀ ਹੈ, ਬੈਠੋ ਬੈਠੋ, ਜਿੱਥੇ ਝੂਠ ਹੋਇਆ ਟੋਕ ਦਿਓ, ਜਿੱਥੇ ਝੂਠ ਹੋਇਆ ਟੋਕ ਦਿਓ। ਹਾਂ, ਠੇਕਾ ਲਿਆ ਰੱਖਿਆ ਤੁਸੀਂ ਭਾਰਤੀ ਰਾਜਨੀਤੀ ਦਾ। ਹਾਂ, ਤੁਸੀਂ ਬੈਠੋਗੇ, ਮੈਂ ਗੱਲ ਦੱਸ, ਮੇਰੀ ਗੱਲ ਸੁਣੋ। ਨਹੀਂ, ਤੁਸੀਂ ਗਵਰਨਰ ਦਾ ਭਾਸ਼ਣ ਨਹੀਂ ਸੁਣਨਾ, ਡੈਮੋਕ੍ਰੇਸੀ ਹੈ ਤੁਸੀਂ ਰਾਸ਼ਟਰਪਤੀ ਦਾ ਤੇ ਗਵਰਨਰ ਦਾ ਭਾਸ਼ਣ ਡਿਸਟਰਬ ਨਹੀਂ ਕਰ ਸਕਦੇ। ਚਾਕੇ ਆ ਗਿਆ ਤੁਹਾਨੂੰ ਕਿਸਾਨਾਂ ਦਾ ਹੇਜ ਆ ਗਿਆ, ਤੁਹਾਨੂੰ ਕਿਸਾਨਾਂ ਦਾ ਹੇਜ ਆ ਗਿਆ, ਉਹਦੇ ਕਿਸਾਨਾਂ ਦਾ ਹੇਜ ਆ ਗਿਆ। ਸਪੀਕਰ ਸਾਹਿਬ, ਇਹਨਾਂ ਦੀ ਮੰਗ ਕੀ ਸੀ ਕਿ ਪਹਿਲਾਂ ਕਿਸਾਨਾਂ ਨੂੰ ਸ਼ੁਭ ਕਰਨ ਨੂੰ, ਪਹਿਲਾਂ ਕਿਸਾਨਾਂ ਨੂੰ ਸ਼ਰਧਾਂਜਲੀ ਦਿਓ। ਐਡਰੈਸ ਕਰੋ, ਬੈਠੋ ਜੀ, ਬੈਠੋ ਬੈਠੋ ਬੈਠੋ, ਚੀਮਾ ਸਾਹਿਬ ਬੈਠੋ, ਚੀਮਾ ਸਾਹਿਬ ਬੈਠੋ, ਸੀਐਮ ਸਾਹਿਬ ਚੇਅਰ ਨੂੰ ਐਡਰੈਸ ਕਰੋ ਜੀ, ਬੋਲਦਾ ਕਿਵੇਂ ਹੋ, ਬਾਜਵਾ ਜੀ ਚੇਅਰ ਨੂੰ ਐਡਰੈਸ ਕਰੋ, ਸੀਐਮ ਸਾਹਿਬ ਚੇਅਰ ਨੂੰ ਐਡਰੈਸ ਕਰਨਗੇ, ਸੀਐਮ ਸਾਹਿਬ ਕਰੋ, ਪਤਾ ਜੀ ਕੀ ਕਰਨਗੇ। ਆਹ ਪ੍ਰਧਾਨ ਹੈ ਜਦੋਂ ਮੈਂ ਇੱਥੇ ਹਾਂ, ਹੰਕਾਰ ਹੈ ਸਰ, ਮੈਨੂੰ ਹੰਕਾਰ ਕਹਿੰਦੇ ਨੇ, ਮੈਂ ਇੱਥੇ ਇੱਥੇ ਕੋਈ ਨੀ ਰਿਹਾ। ਹਾਂ, ਗੱਲਾਂ ਕਰਦੇ ਹੋ, ਗੱਲਾਂ ਗੱਲਾਂ ਸੋਨੇ ਦੇ ਬਿਸਕੁਟ ਸਮਗਲਿੰਗ ਤੱਕ ਜਾਣਗੀਆਂ, ਫਿਰ ਸਾਨੂੰ ਕਹਿੰਦੇ ਅਸੀਂ ਮਟੀਰੀਅਲ ਆ, ਮੋਬਾਈਲ ਰਿਪੇਅਰ ਕਰਨ ਵਾਲੇ ਆ ਗਏ। ਮੈਂ 150 ਰੁਪਿਆ ਲੈ ਕੇ ਮੁਹੰਮਦ ਸਦੀਕ ਨਾਲ ਦਿਹਾੜੀ ਤੇ ਜਾਂਦਾ ਸੀ, ਪਤਾ ਲੱਗ ਤੁਹਾਨੂੰ। ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਸਾਰੇ ਮਾਨਯੋਗ ਮੈਂਬਰ ਆਪਣੇ, ਵਸੀਮ ਸਾਹਿਬ ਇੱਕ ਮਿੰਟ, ਮੰਤਰੀ ਜੀ ਬੈਠੋ, ਮੰਤਰੀ ਸਾਹਿਬਾਨ ਬੈਠਣ, ਚੀਮਾ ਜੀ ਬੈਠੋ, ਤੁਸੀਂ ਚੀਮਾ ਜੀ ਬੈਠੋ, ਬਾਹਰੋਂ ਨੀ ਲਾ ਰਹੇ ਤਾਲਾ, ਬਾਹਰੋਂ ਨੀ ਲਾ ਰਹੇ, ਅੰਦਰੋਂ ਲਾ ਰਹੇ, ਤਾਂ ਕਿ ਤੁਸੀਂ ਜਾਓ ਨਾ, ਬੈਠੋ, ਤੁਹਾਡੀ ਹਿਸਟਰੀ ਹੈ, ਤੁਹਾਡੀ ਹਿਸਟਰੀ ਹੈ, ਤੁਸੀਂ ਜਾਣੇ ਹੋ, ਰੋਜ਼ ਵੱਜਦੇ ਹੋ। ਤਾਲਾ ਬੈਠੋ ਜੀ, ਤਾਲਾ ਅੰਦਰੋਂ ਲੱਗ ਰਿਹਾ, ਤਾਂ ਕਿ ਵਿਪਕਸ਼ ਬੈਠਾ ਰਹੇ, ਲੋਕਤੰਤਰ ਨੂੰ ਬਚਾਈਏ। ਬੈਠੋ 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 ਬੈਠੋ, ਮੰਤਰੀ ਜੀ, ਮੰਤਰੀ ਸਾਹਿਬਾਨ ਬੈਠਣਗੇ, ਬੈਠੋ ਜੀ, ਬੈਠੋ ਬੈਠੋ ਬੈਠੋ, ਤੁਸੀਂ ਬੈਠੋ ਬੈਠੋ। ਆਪਣਾ ਸੀਐਮ ਸਾਹਿਬ ਆਪਣੀ ਗੱਲ ਚਾਲੂ ਰੱਖਣਗੇ ਜੀ, ਸੁਣੋਗੇ, ਬਿਲਕੁਲ ਸੁਣਨਾ, ਸੁਣਨ ਦਾ ਮਾਤਾ ਕਿਸੇ ਸੁਣਦਾ, ਸੱਚ ਸਾਰੇ ਨੀ ਸੁਣ ਸਕਦੇ ਹੁੰਦੇ, ਸੱਚ ਸੁਣੋ ਫਿਰ, ਕੀ ਤੂੰ ਹਰੇਕ ਨੂੰ ਤੂੰ ਤੂੰ ਕਹਿੰਦੇ, ਤੂੰ ਕੀ ਹੁੰਦਾ ਹਰੇਕ ਨੂੰ ਤੂੰ ਤੂੰ ਲਗਾ ਕੇ, ਤੁਸੀਂ ਵੱਡਿਆ ਗਿਆ, ਤੁਸੀਂ ਖਾਂਦਾ ਨੀ ਜਾਂਦੇ, ਗਰੀਬਾਂ ਦੇ ਘਰਾਂ ਚੋਂ ਆ ਗਏ, ਸਭ ਤੂੰ 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 ਆ ਗਿਆ, ਸਰ 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 ਤੂੰ ਤੂੰ ਤੋਂ ਬਿਨਾਂ ਗੱਲ ਨੀ ਕਰ ਰਿਹਾ ਕਿਸੇ ਨਾਲ, ਉਹ ਤੂੰ ਛੱਡ
ਯਾਰ ਤੂੰ ਛੱਡ ਯਾਰ ਜੋ ਕੁਛ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਸਾਰੇ ਮਾਣਯੋਗ ਮੈਂਬਰ ਸਭਾ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਸੀਟਾਂ ਤੇ ਬੈਠਣ ਔਰ ਹਾਊਸ ਦੀ ਕਾਰਵਾਈ ਤੁਹਾਨੂੰ ਤਾਂ ਸਮਝ ਦੀ ਕੱਖ ਨੀ ਉਹ ਪ੍ਰਧਾਨ ਜੀ ਉਹ ਤੁਹਾਨੂੰ ਤਾਂ ਸਮਝ ਦੀ ਕੱਖ ਨੀ ਤੁਸੀਂ ਕਿਧਰ ਚੱਲੇ ਹੋ ਕਹਿੰਦਾ ਮੈਂ ਇੱਥੇ ਕੌਣ ਹੁੰਦਾ ਪ੍ਰਧਾਨ ਪਹਿਲਾਂ ਆਪਸ ਚ ਬਣਾਓ ਬੈਠੋ ਬੈਠੋ ਲੈਂਦੇ ਨਾ ਬੈਠੋ ਇਸ ਤੋਂ ਬਾਅਦ ਕਰ ਲੈਂਦੇ ਜੀ ਕਲਾ ਤੁਸੀਂ ਬਿਲਕੁਲ ਨੀ ਬਹਿੰਦੇ ਨਾ ਬੈਠੋ ਕਲਾਸ ਦੇ ਵਿੱਚ ਨਲਾਇਕ ਬੱਚਿਆਂ ਨੂੰ ਖੜਾ ਕੀਤਾ ਜਾਂਦਾ ਚਲੋ ਬੈਠੋ ਖੜੇ ਰਹੋ ਬੈਠੋ ਜੀ ਬੈਠੋ ਮੈਂ ਸਾਰੇ ਮਾਣਯੋਗ ਮੈਂਬਰ ਸਭਾ ਨੂੰ ਬੇਨਤੀ ਕਰਦਾ ਇੱਕ ਵਾਰ ਆਪਣੀ ਸੀਟਾਂ ਤੇ ਬੈਠਣ ਜੀ ਬੈਠੋ ਜੀ ਬੈਠੋ 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 ਜੀ ਬੈਠੋ ਤੁਸੀਂ ਸਾਰੇ ਮਾਣਯੋਗ ਮੈਂਬਰ ਬੈਠੋ ਲਾਓ ਸਾਹਿਬ ਲੁੱਟ ਦੀ ਗੱਲ ਤੁਸੀਂ ਕਰ ਰਹੇ ਹੋ ਸੀਐਮ ਸਾਹਿਬ ਨਹੀਂ ਅਬਲ ਖੁਰਾਣੇ ਤੋਂ ਲੈ ਕੇ ਸਾਰੇ ਸਾਥੀ ਸਾਰੇ ਮਾਣਯੋਗ ਸਭਾ ਗੱਲਾਂ ਤੁਸੀਂ ਕਰਦੇ ਹੋ ਨਾ ਲੁੱਟ ਤੁਹਾਡੇ ਮੂੰਹੋਂ ਲੁੱਟ ਊਂ ਚੰਗੀ ਲੱਗਦੀ ਹੈ ਪਰ ਮੁੱਖ ਮੰਤਰੀ ਸਾਹਿਬ ਮੈਂ ਕਰੂੰਗਾ ਪਰ ਬੈਠੋ ਤਾਂ ਸਹੀ ਪਹਿਲਾਂ ਸੁਣੋ ਮੁੱਖ ਮੰਤਰੀ ਸਾਹਿਬ ਬੋਲ ਰਹੇ ਜੀ ਸੁਣ ਮੁੱਖ ਮੰਤਰੀ ਸਾਹਿਬ ਕੇਅਰ ਨਿਰਦੇਸ਼ ਕਰੋ ਜੀ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਗੱਲ ਜਾਰੀ ਰੱਖੋ ਜੀ ਉਹ ਜਿੰਦਰਾ ਤਾਂ ਲੱਗੂਗਾ ਜੇ ਤੁਸੀਂ ਭੱਜੇ ਜੇ ਤੁਸੀਂ ਨਹੀਂ ਭੱਜਦੇ ਜਿੰਦਰਾ ਨਹੀਂ ਲੱਗੂਗਾ ਬੈਠੋ ਸੀਐਮ ਸਾਹਿਬ ਸਪੀਕਰ ਸਾਹਿਬ ਬਤਾ ਮੈਂ ਸਾਰੇ ਮਾਣਯੋਗ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਸੀਟਾਂ ਤੇ ਬਿਰਾਜਮਾਨ ਹੋਣ ਸੀਟਾਂ ਤੇ ਬੈਠੋ ਜੀ ਤੁਸੀਂ ਸੀਟਾਂ ਤੇ ਬੈਠੋ ਜੀ ਤੁਸੀਂ ਬੈਠੋਗੇ ਬਾਜਵਾ ਸਾਹਿਬ ਪਲੀਜ਼ ਬੈਠੋ ਪਹਿਲੇ ਸਾਡੀ ਗੱਲ ਕੀ ਗੱਲ ਸਪੀਕਰ ਸਾਹਿਬ ਨੇ ਹੋ ਸਪੀਕਰ ਸਾਹਿਬ ਨੇ ਜਿਹਨੂੰ ਮਰਜ਼ੀ ਲੈਣ ਦੇਣ ਕਸਟੋਡੀਅਨ ਨੇ ਬਾਜਵਾ ਸਾਹਿਬ ਆਪਣੀ ਗੱਲ ਮੰਨਦੇ ਨੀ ਨਾ ਪਹਿਲੇ ਮਾਣਯੋਗ ਮੁੱਖ ਮੰਤਰੀ ਸਾਹਿਬ ਲੀਡਰ ਆਫ ਦੀ ਹਾਊਸ ਨੇ ਉਹ ਬੋਲ ਸਕਦੇ ਨੇ ਲੈਟ ਹਿਮ ਕੰਪਲੀਟ ਮੁੱਖ ਮੰਤਰੀ ਸਾਹਿਬ ਨੂੰ ਆਪਣੀ ਗੱਲ ਪੂਰੀ ਰੱਖਣ ਦਿਓ ਲੋਕ ਸਭਾ ਚ ਰਹੋ ਤੁਹਾਨੂੰ ਪਤਾ ਕਿ ਰਾਜਪਾਲ ਦਾ ਭਾਸ਼ਣ ਡਿਸਟਰਬ ਨਹੀਂ ਕਰੀਦਾ ਹੁੰਦਾ ਰਾਸ਼ਟਰਪਤੀ ਦਾ ਭਾਸ਼ਣ ਡਿਸਟਰਬ ਨਹੀਂ ਕਰੀਦਾ ਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਆਪਣੀ ਗੱਲ ਪੂਰੀ ਰੱਖਣ ਦਿਓ ਅੱਜ ਪੜੂੰਗਾ ਇਹਨੂੰ ਪੜੂੰਗਾ ਚਲੋ ਐ ਕਰੋ ਇਹੀ ਡਿਬੇਟ ਕਰਨੀ ਹੈ ਬੈਠੋ ਜਿੱਥੇ ਝੂਠ ਹੋਇਆ ਟੋਕ ਦਿਓ ਹਾਂ ਠੇਕਾ ਲਿਆ ਰੱਖਿਆ ਤੁਸੀਂ ਭਾਰਤ ਦੀ ਰਾਜਨੀਤੀ ਦਾ ਹਾਂ ਸਮਗਲਰਾਂ ਕਹਿੰਦੇ ਅਸੀਂ ਕਿਹਾ ਜਾ ਮਟੀਰੀਅਲ ਆ ਗਿਆ ਚੁੱਪ ਕਰ ਜਾਓ ਹਾਂ ਮਾਣਯੋਗ ਮੁੱਖ ਮੰਤਰੀ ਸਾਹਿਬ ਹਾਂ ਬੰਦੇ ਪੁੱਤਰਾਂ ਨੇ ਤੁਸੀਂ ਗੱਲ ਕਰੋ ਹਾਂ ਬੰਦਿਆਂ ਦਾ ਨਾਮ ਵੀ ਲੈ ਦਾਂਗੇ ਮੈਂ ਦੱਸੂਗਾ ਸਾਰਾ ਕੁਝ ਮੈਂ ਕਰ ਰਿਹਾ ਯਾਰ ਬੈਠੋ ਜਾਣਾ ਨੀ ਬੈਠੋ ਫਿਰ ਬੈਠੋ
ਸਾਰੇ ਮੈਂਬਰ ਸਭਾ ਨੂੰ ਬੇਨਤੀ ਕਰਦਾਂਗੇ ਬੈਠਣਗੇ, ਸਾਰੇ ਮੈਂਬਰ ਸਭਾ ਆਪਣੀ ਆਪਣੀ ਸੀਟਾਂ ਤੇ ਬੈਠਣਗੇ, ਸਾਰੇ ਮੈਂਬਰ ਸਭਾ ਆਪਣੀ ਆਪਣੀ ਸੀਟਾਂ ਤੇ ਬੈਠਣਗੇ, ਸਾਰੇ ਮੈਂਬਰ ਸਭਾ ਆਪਣੀ ਆਪਣੀ ਸੀਟਾਂ ਤੇ ਬੈਠਣਗੇ, ਤੁਸੀਂ ਬੈਠੋ, ਸਾਰੇ ਮੈਂਬਰ ਸਭਾ ਬੈਠਣ, ਸਾਰੇ ਮੈਂਬਰ ਸਭਾ ਬੈਠਣ ਬੈਠੋ। ਜੇ ਇਹ ਚੱਜ ਦੇ ਨਿਕਲ ਆਉਂਦੇ ਸਾਨੂੰ ਆਉਣ ਦੀ ਲੋੜ ਹੀ ਨਹੀਂ ਪੈਣੀ ਸੀ। ਚੁੱਪ ਕਰ ਜਾ ਪਰਸੋਂ ਚੌਥੇ ਨੂੰ ਵੀ ਚੁੱਪ ਹੀ ਕਰੀ ਆ ਨਾ, ਹੁਣ ਚੁੱਪ ਕਰ ਜਾ। ਸਾਰਿਆਂ ਦੀਆਂ ਮੇਰੇ ਕੋਲੇ ਫਾਈਲਾਂ ਪਈਆਂ ਸਾਰਿਆਂ ਦੀ। ਸਰ ਕੱਲ ਨੂੰ ਬਜਟ ਪੇਸ਼ ਕਰਨਗੇ, ਬਜਟ ਦੇ ਵਿੱਚ ਇੱਕ ਪ੍ਰੋਵੀਜ਼ਨ ਰੱਖੀ ਹੈ, ਪੰਜਾਬ ਦੇ ਵਿੱਚ ਬੱਸਾਂ ਦੀਆਂ ਬਾਡੀਆਂ ਲੱਗਦੀਆਂ। ਸਰ ਹਰਗੋਬਿੰਦ ਭਦੌੜ ਵਾਲਾ ਮਸ਼ਹੂਰ ਹੈ, ਸਤਲੁਜ ਜਲੰਧਰ ਵਾਲਾ ਮਸ਼ਹੂਰ ਹੈ, ਪਰ ਸਾਰੇ ਇੰਡੀਆ ਚੋਂ ਬੱਸਾਂ ਟਰੱਕਾਂ ਦੀਆਂ ਬਾਡੀਆਂ ਲਵਾਉਣ ਲੋਕ ਪੰਜਾਬ ਚ ਆਉਂਦੇ ਆ, ਪਰ ਪਤਾ ਨੀ ਕੀ ਕਾਰਨ ਹੋ ਗਿਆ ਪਿਛਲੇ ਸਰਕਾਰ ਦੌਰਾਨ ਬੱਸਾਂ ਦੀਆਂ ਬਾਡੀਆਂ ਲਵਾਉਣ ਵਾਸਤੇ ਸਾਨੂੰ ਰਾਜਸਥਾਨ ਜਾਣਾ ਪੈ ਗਿਆ। ਸਰ ਇਹ ਚੈੱਕ ਕਰਾਂਗੇ, ਰਾਜਸਥਾਨ ਵਾਲੇ ਸਸਤੀਆਂ ਲਾ ਰਹੇ ਨੇ, ਇਹ ਚੈੱਕ ਕੀਤਾ ਜਾਊਗਾ। ਇਹ ਆਪਣਾ ਆਪਣਾ ਤਾਂ ਬਿਜ਼ਨਸ ਆਪਣਾ ਬਿਜ਼ਨਸ ਬਾਹਰ ਜਾ ਰਿਹਾ, ਜੇ ਉਹ ਸਸਤੀਆਂ ਲਾ ਰਹੇ ਨੇ ਤਾਂ ਆਪਾਂ ਵੀ ਉਨੀ ਮੈਚ ਕਰ ਦਾਂਗੇ ਰਾਜਸਥਾਨ ਨਾਲ, ਇਹ ਬਜਟ ਦੇ ਵਿੱਚ ਪੇਸ਼ ਕਰਾਂਗੇ। ਵੜਿੰਗ ਸਾਹਿਬ, ਰਾਜਾ ਵੜਿੰਗ ਸਾਹਿਬ, ਆ ਸੁਣ ਲਿਓ, ਬੱਸਾਂ ਦੀਆਂ ਬਾਡੀਆਂ ਇੱਥੇ ਕਿਉਂ ਨੀ ਲੱਗਦੀਆਂ, ਇਹਦੇ ਬਾਰੇ ਅਸੀਂ ਜਾਂਚ ਕਰਾਂਗੇ। ਤੇ ਇਹਨਾਂ ਨੂੰ ਹਰੀਸ਼ ਚੌਧਰੀ ਦੇ ਕਹਿਣ ਤੇ ਉੱਥੇ ਬੱਸਾਂ ਦੀਆਂ ਬਾਡੀਆਂ ਕਿਉਂ ਲਵਾਉਣੀਆਂ ਪਈਆਂ, ਇਹਦੇ ਬਾਰੇ ਵੀ ਸਾਰਾ ਕੁਝ ਜਾਂਚ ਕੀਤੀ ਜਾਊ, ਕਿੰਨਾ ਘਾਟਾ ਪਿਆ ਆਪਾਂ ਨੂੰ, ਤੇ ਬੱਸਾਂ ਲੋਕ ਬਾਡੀਆਂ ਲਵਾਉਣ ਆਉਂਦੇ ਇੱਥੇ। ਸੋ ਇਹਨਾਂ ਦੀ ਮੁਰਦਾਬਾਦ ਸੁਣੀ ਜਾਓ, ਜਨਤਾ ਵੱਲੋਂ ਵੀ ਮੁਰਦਾਬਾਦ ਹੀ ਹੈ। ਅੱਜ ਮੈਂ ਜਿਹੜਾ ਕੌਣ ਕਹਿੰਦਾ ਹੈ ਕੀਤੇ ਜਾਣ, ਓਹੋ ਕਿੰਨੀਆਂ ਪਾਰਟੀਆਂ ਬਦਲ ਗਿਆ, ਕਦੇ ਇਧਰੋਂ ਕਦੇ ਉਧਰੋਂ, ਹੁਣ ਇਧਰੋਂ ਹੁਣ ਉਧਰੋਂ, ਉਹ ਰਹਿਣ ਦੋ ਮਹਾਰਾਜ ਰਹਿਣ ਦੋ। ਉਹ ਸਾਈਕਲ ਦੇ ਵੀ ਸਟੈਂਡ ਹੁੰਦਾ, ਇਹ ਦੋਜੀਆਂ ਵਾਲੇ ਮੋਟਰਸਾਈਕਲ ਨੇ, ਜਿੱਧਰ ਨੂੰ ਟੇਡਾ ਕਰ ਦੋ ਉਧਰ ਨੂੰ ਹੋ ਜਾਂਦੇ। ਮੁੱਖ ਮੰਤਰੀ ਸਾਹਿਬ ਗਵਰਨਰ, ਮੈਨੂੰ ਪਤਾ ਲੱਗਿਆ ਹੁਣ ਕਿਸੇ ਨਵੀਂ ਪਾਰਟੀ ਜਾ ਰਹੇ, ਮੈਨੂੰ ਪਤਾ ਲੱਗਿਆ ਕਿ ਨਵੀਂ ਪਾਰਟੀ ਜਾ ਰਿਹਾ। ਸੋ ਇਹਨਾਂ ਨੂੰ ਕੁਛ ਨੀ ਲੱਭਣਾ, ਇਹ ਉਹ ਭੁਮੱਖਰ ਨੇ, ਕਦੇ ਐਸ ਫੁੱਲ ਤੇ ਮੇਰਾ ਯਾਰ ਤਿੱਤਲੀਆਂ ਵਰਗਾ, ਕਦੇ ਐਸ ਫੁੱਲ ਤੇ ਕਦੇ ਉਸ ਫੁੱਲ ਤੇ, ਇਹ ਤਿੱਤਲੀਆਂ ਨੇ ਤਿੱਤਲੀਆਂ, ਇਹਨਾਂ ਨੇ ਪੰਜਾਬ ਦਾ ਕੱਖ ਨੀ ਸਵਾਰਿਆ। ਜੇ ਇਹਨਾਂ ਨੇ ਸਵਾਰਿਆ ਹੁੰਦਾ ਸਾਨੂੰ ਆਉਣ ਦੀ ਲੋੜ ਨਾ ਪੈਂਦੀ। ਆ ਮੇਰੇ ਪਿੱਛੇ ਬੈਠੇ ਨੇ ਜਿਹੜੇ 95% ਬੰਦੇ ਨਾਨ ਪੋਲੀਟੀਕਲ ਬੈਕਗ੍ਰਾਉਂਡ ਤੋਂ ਨੇ, ਕੋਈ ਕਲਾਕਾਰ ਸੀ, ਕੋਈ ਵਕੀਲ ਸੀ, ਕੋਈ ਆਪਣਾ ਕੰਮ ਕਰਦਾ ਸੀ, ਸਾਨੂੰ ਕਿਉਂ ਆਉਣਾ ਪਿਆ, ਇਹਨਾਂ ਦੀਆਂ ਨਲੇਖੀਆਂ ਕਰਕੇ ਆਉਣਾ ਪਿਆ। ਕਿ ਆਮ ਤੌਰ ਤੇ ਕੀ ਹੁੰਦਾ ਸੀ, ਆਮ ਤੌਰ ਤੇ ਸਰਕਾਰਾਂ ਆਉਂਦੀਆਂ ਨੇ, ਤੇ ਆ ਕੇ ਸਰਕਾਰੀ ਸੰਸਥਾਵਾਂ ਨੂੰ ਵੇਚ ਦਿੰਦੀਆਂ ਨੇ, ਪ੍ਰਾਈਵੇਟ ਨੂੰ ਵੇਚ ਦਿੰਦੀਆਂ ਨੇ, ਪ੍ਰਾਈਵੇਟ ਨੂੰ ਵੇਚ ਦਿੰਦੀਆਂ ਨੇ ਘਾਟੇ ਦਾ ਸੌਦਾ ਕਹਿ ਕੇ। ਪਹਿਲੀ ਵਾਰ ਹੋਇਆ ਉਲਟੀ ਗੰਗਾ ਬਈ ਹੈ, ਅਸੀਂ 540 ਮੈਗਾਵਾਟ ਦਾ GVK ਦਾ ਗੋਇੰਦਵਾਲ ਵਾਲਾ ਜਿਹੜਾ ਥਰਮਲ ਪਲਾਂਟ ਹੈ, ਸਰਕਾਰ ਨੇ 1 ਫਰਵਰੀ ਨੂੰ ਖਰੀਦਿਆ 540 ਮੈਗਾਵਾਟ ਦਾ, ਤੇ ਨਾਲ ਉਹਦਾ ਨਾਮ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਰੱਖਿਆ।
ਸ਼੍ਰੀ ਗੁਰੂ ਅਮਰਦਾਸ ਦੀ ਸਾਰੀ ਜ਼ਿੰਦਗੀ, ਤੀਜੇ ਗੁਰੂ ਨੇ ਆਪਣੇ ਉਹਨਾਂ ਦੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਗੋਇੰਦਵਾਲ ਸਾਹਿਬ ਚ ਨਿਕਲੀ ਬਿਤਾਈ। ਉੱਥੇ ਸਤੀ ਪ੍ਰਥਾ ਖਤਮ ਕੀਤੀ, ਲੰਗਰ ਪ੍ਰਥਾ ਸ਼ੁਰੂ ਕੀਤੀ। ਆ ਹੁਣ ਜਦੋਂ ਗੁਰੂ ਅਮਰਦਾਸ ਦੀ ਗੱਲ ਚੱਲ ਰਹੀ ਹੈ, ਇੱਥੇ ਮੁਰਦਾਬਾਦ ਦੇ ਨਾਅਰੇ ਲਾਉਣ ਵਾਲਿਆਂ ਨੂੰ ਕੋਈ ਨਰਕਾਂ ਚ ਢੋਈ ਮਿਲੂ, ਇਹਨਾਂ ਨੂੰ ਨਰਕਾਂ ਚ ਢੋਈ ਮਿਲੂ, ਇਹਨਾਂ ਨੂੰ ਮੁਰਦਾਬਾਦ ਦੇ ਨਾਅਰੇ ਲਾਏ ਜਾਂਦੇ ਆ। ਜਦੋਂ ਮੈਂ ਸ੍ਰੀ ਗੁਰੂ ਅਮਰਦਾਸ ਜੀ ਦੀ ਗੱਲ ਕਰ ਰਿਹਾ, ਮੈਂ ਕਹਿੰਦਾ ਸਪੀਕਰ ਤੇ, ਮੈਂ ਕਹਿੰਦਾ ਕੈਮਰੇ ਤੇ ਦਿਖਾਉਣਾ ਚਾਹੀਦਾ ਕਿ ਜਦੋਂ ਪੰਜਾਬ ਦੀ ਤਰੱਕੀ ਦੀ ਗੱਲ ਹੋ ਰਹੀ ਹੈ, ਬਿਜਲੀ ਮੁਫ਼ਤ ਦੀ ਗੱਲ ਹੋ ਰਹੀ ਹੈ, ਮੁਹੱਲਾ ਕਲੀਨਿਕਾਂ ਦੀ ਗੱਲ ਹੋ ਰਹੀ ਹੈ, ਜਦੋਂ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਦੀ ਗੱਲ ਹੋ ਰਹੀ ਹੈ, ਇੰਡਸਟਰੀ ਦੀ ਗੱਲ ਹੋ ਰਹੀ ਹੈ, ਉਸ ਵੇਲੇ ਕਾਂਗਰਸ ਕਹਿ ਰਹੀ ਹੈ ਸਾਨੂੰ ਕੁਰਸੀਆਂ ਦਵਾਓ, ਸਾਨੂੰ ਕੁਰਸੀਆਂ ਦਵਾਓ। ਆਪ ਬਾਜਵਾ ਸਾਹਿਬ ਆਪਣਾ ਕਈ ਵਾਰੀ ਸਪੀਕਰ ਸਾਹਿਬ, ਕਈ ਵਾਰੀ ਮੈਂ ਦੇਖਿਆ ਕਿ ਕਈ ਵਾਰੀ ਬੱਚੇ ਹੁੰਦੇ ਆ, ਉਹਨਾਂ ਨੂੰ ਕੋਈ ਗੰਭੀਰ ਬਿਮਾਰੀ ਹੁੰਦੀ ਹੈ, ਪਤਾ ਲੱਗ ਜਾਂਦਾ ਕਿ ਸਾਲ ਦੋ ਸਾਲ ਹੀ ਜ਼ਿੰਦਗੀ ਹੈ। ਉਹ ਬੱਚੇ ਨੂੰ ਪੁੱਛਿਆ ਜਾਂਦਾ ਤੂੰ ਕੀ ਬਣਨਾ, ਉਹ ਕਹਿੰਦਾ ਜੀ ਮੈਂ SSP ਬਣਨਾ। ਤਾਂ ਜਿਹੜਾ ਜ਼ਿਲ੍ਹੇ ਦਾ SSP ਹੈ, ਇੱਕ ਘੰਟੇ ਵਾਸਤੇ ਉਹਨੂੰ ਆਪਣੀ ਕੁਰਸੀ ਤੇ ਬਿਠਾ ਦਿੰਦਾ ਕਿ ਤੂੰ ਫੀਲਿੰਗ ਲੈ ਲਾ, ਤੇਰੀ ਜ਼ਿੰਦਗੀ ਜ਼ਿਆਦਾ ਨੀ। ਮੈਂ ਇਹ ਨੀ ਕਹਿੰਦਾ ਕਿ ਜ਼ਿੰਦਗੀ ਜ਼ਿਆਦਾ ਨੀ, ਪਰ ਮਿਲਣੀ ਨੀ ਕੁਰਸੀ। ਬਾਜਵਾ ਸਾਹਿਬ ਨੂੰ ਆਫਰ ਕਰਦਾ, ਅੱਧਾ ਘੰਟਾ ਇੱਥੇ ਬਹਿ ਜਾਓ ਮੇਰੇ ਨਾਲ। ਬਾਜਵਾ ਸਾਹਿਬ ਅੱਧਾ ਘੰਟਾ ਬਹਿ ਕੇ ਫੀਲਿੰਗ ਲੈ ਲਓ, ਲੋਕਾਂ ਨੇ ਨਹੀਂ ਦੇਣੀ, ਇੱਥੇ ਬਹਿ ਲਓ। ਉਹੀ ਪਜਾਮੀ ਹੈ, ਉਹੀ ਕੰਮ ਨੇ, ਮੁਸ਼ਕਲ ਹੈ ਜੀ, ਮੁਸ਼ਕਲ ਹੈ। ਦਿੱਤਾ ਮੈਂ ਤਾਲਾ ਅੰਦਰ ਲਾਉਣ ਵਾਸਤੇ ਦਿੱਤਾ, ਬਾਹਰ ਨੀ। ਸਰ ਇਹੀ ਕਾਂਗਰਸ ਹੈ ਜਿਹੜੀ ਸੰਸਦ ਦੇ ਵਿੱਚ ਇੱਕ ਦਿਨ ਚ ਇਹਨਾਂ ਦੇ 50-50 MPਾਂ ਨੂੰ ਬਾਹਰ ਕੱਢ ਕੇ ਮਾਰ ਦਿੱਤੇ। ਮੈਂ ਬਾਹਰ ਨੀ ਕੱਢੇ, ਮੈਂ ਨਿਸ਼ਕਾਸ਼ਿਤ ਨੀ ਕੀਤੇ ਕਿ ਇਹਨਾਂ ਨੂੰ ਕੱਢ ਦੋ, ਨਾ। ਮੈਂ ਕਹਿੰਦਾ ਅੰਦਰ ਰੱਖੋ, ਜਿੰਦਾ ਲਾਓ। ਉਹ ਚੋਰ ਥੋਡੇ ਕਹੇ ਤੇ ਮੁੱਦਾ ਬਾਤ ਥੋੜੀ ਹੋ ਜੂ। ਸੋ ਸਪੀਕਰ ਸਾਹਿਬ ਤੁਹਾਡੇ ਬਾਰੇ ਤੁਸੀਂ ਪਲੀਜ਼ ਐਕਸ਼ਨ ਲਓ। ਇਹਨਾਂ ਦੇ 1.25 ਲੱਖ ਦੇ ਸ਼ਾਲ ਲੈ ਕੇ ਆਉਂਦੇ ਇੱਥੇ, ਫਿਰ ਜੇ 1.25 ਲੱਖ ਦਾ ਸ਼ਾਲ ਲੈ ਕੇ ਆਉਣਗੇ ਤਾਂ ਫਿਰ ਅਸੀਂ ਤਾਂ ਮਟੀਰੀਅਲ ਹੀ ਲੱਗਾਂਗੇ ਸਰ। ਅਸੀਂ ਤਾਂ ਸਾਰੇ ਮਟੀਰੀਅਲ ਹੀ ਇਹਨਾਂ ਵਾਸਤੇ, ਪਰ ਮੈਂ ਦੱਸਣਾ ਚਾਹੁੰਦਾ ਸਾਡੇ ਕੋਲ ਮਟੀਰੀਅਲ ਨਹੀਂ। ਸਾਡਾ ਵਿੱਤ ਮੰਤਰੀ ਮੰਨਿਆ ਪ੍ਰਮੰਨਿਆ ਐਡਵੋਕੇਟ ਹੈ, ਸਾਡੇ ਕੋਲੇ ਡਾਕਟਰ ਬਲਜੀਤ ਕੌਰ ਮੰਨੀ ਪ੍ਰਬੰਧੀ ਅੱਖਾਂ ਦੀ ਡਾਕਟਰ ਹੈ, ਸਾਡੇ ਕੋਲੇ ਡਾਕਟਰ ਚਰਨਜੀਤ ਚੰਨੀ ਮੰਨਿਆ ਪ੍ਰਬੰਧੀ ਅੱਖਾਂ ਦਾ ਡਾਕਟਰ ਹੈ, ਸਾਡਾ ਸਿਹਤ ਮੰਤਰੀ ਡਾਕਟਰ ਬਲਵੀਰ ਮੰਨਿਆ ਪ੍ਰਮੰਨਿਆ ਅੱਖਾਂ ਦਾ ਡਾਕਟਰ ਹੈ। ਇਸ ਕਰਕੇ ਅਸੀਂ ਮਟੀਰੀਅਲ ਨਹੀਂ ਹੈਗੇ, ਅਸੀਂ ਬਹੁਤ ਸਿਆਣੇ ਵੀ ਹਾਂ। ਸਾਡੇ ਕੋਲ ਸਰਕਾਰ 2 ਸਾਲ ਹੋ ਗਏ ਚਲਾਉਂਦਿਆਂ, ਪੰਜਾਬ ਨੂੰ ਕੋਈ ਘਾਟਾ ਨਹੀਂ ਪੈਣ ਦਿੱਤਾ। ਕਦੇ ਤੁਹਾਡੇ ਵਿੱਤ ਮੰਤਰੀ ਵਾਂਗੂ ਇਹ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ। ਸਾਡਾ ਖਜ਼ਾਨਾ ਵੀ ਭਰਿਆ, ਸਾਡੀ ਨੀਅਤ ਵੀ ਭਰੀ ਹੈ। ਤੁਹਾਡੀ ਨੀਅਤ ਵੀ ਖਾਲੀ ਹੈ, ਤੁਹਾਡਾ ਖਜ਼ਾਨਾ ਵੀ ਖਾਲੀ ਹੈ, ਤੁਸੀਂ ਇਹੀ ਕਰ ਸਕਦੇ ਹੋ ਬਸ। ਸੋ ਇਸ ਕਰਕੇ ਮੈਂ ਸਪੀਕਰ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ। ਸਾਡੇ ਸਮਝੌਤੇ ਕਰਦੇ ਇੱਕ ਪਾਸੇ ਤਾਂ ਸਮਝੌਤੇ ਕਰ, ਕਹਿ ਉਹਨਾਂ ਨੂੰ
ਕੁਰੂਖੇਤਰ ਵੀ ਨਾ ਦੇਣ, ਮੁੱਖ ਮੰਤਰੀ ਸਾਹਿਬ ਗੁਜਰਾਤ ਚ ਵੀ ਨਾ ਛੱਡਣ, ਕਹਿ ਫਿਰ ਜਾ ਕਹਿ ਜੇ ਤੇਰੀ ਨਹੀਂ ਚੱਲਦੀ ਹੈ ਉਹ ਮੇਲੇ ਨੂੰ ਪੁੱਛਦਾ ਉੱਥੇ ਇੱਕ ਅਨਾਉਂਸਮੈਂਟ ਕੀ ਹੈ ਕੋਈ ਸਾਰੇ ਚਲੋ ਤੁਸੀਂ ਬੈਠੋ ਜੀ ਸਰ ਲੀਡਰ ਆਫ ਦਾ ਹਾਊਸ ਜਦੋਂ ਮਰਜ਼ੀ ਬੋਲ ਸਕਦਾ ਜਦੋਂ ਮਰਜ਼ੀ ਬੋਲ ਸਕਦਾ ਲੀਡਰ ਆਫ ਦਾ ਹਾਊਸ ਜਦੋਂ ਮਰਜ਼ੀ ਬੋਲ ਸਕਦਾ ਜੀ ਮੁੱਖ ਮੰਤਰੀ ਸਾਹਿਬ ਤੁਸੀਂ ਕੰਟੀਨਿਊ ਕਰੋ ਜੀ ਮੁੱਖ ਮੰਤਰੀ ਸਾਹਿਬ ਕੰਟੀਨਿਊ ਕਰੋ ਮਿਸਟਰ ਬਾਜਵਾ ਓ ਮਿਸਟਰ ਬਾਜਵਾ ਹੈਲੋ ਮੁੱਖ ਮੰਤਰੀ ਠਾਕਰ ਇੱਧਰ ਪੌਣੇ 2 ਵਜੇ ਅਰਲੀ ਮਾਰਨਿੰਗ ਮੈਂ ਕਿਸਾਨਾਂ ਦੇ ਨਾਲ ਬਹਿ ਕੇ ਸਰਕਾਰ ਦੀਆਂ ਮੀਟਿੰਗਾਂ ਕਰਾਉਂਦੇ ਰਹੇ ਹਾਂ ਤੁਸੀਂ ਕਹਿੰਦੇ ਸੀ ਇਹ 8 ਵਜੇ ਤੋਂ ਬਾਅਦ ਇਹ ਮਿਲਦਾ ਨਹੀਂ 2:45 ਤੁਸੀਂ ਕਿੱਥੇ ਸੀ ਤੁਸੀਂ ਰਿਐਕਟ ਕਿਉਂ ਨਹੀਂ ਕੀਤਾ ਤੁਸੀਂ ਸਵੇਰੇ ਦਾ 11 ਵਜੇ ਉੱਠਿਆ ਤੁਹਾਨੂੰ ਕੀ ਪਤਾ ਗਰੀਬ ਕੀ ਹੁੰਦਾ ਤੁਹਾਨੂੰ ਕੀ ਪਤਾ ਗਰੀਬੀ ਕੀ ਹੁੰਦੀ ਐਡਰੈਸ ਕੀਤਾ ਜਾਵੇ ਫੁੱਟ ਪੁਆਉਣ ਵਾਲਾ ਇਹ ਬੰਦਾ ਫਰੈਂਡ ਅੱਜ ਕਿਸਾਨ ਯਾਦ ਆ ਗਏ ਉਦੋਂ ਕੈਪਟਨ ਦੇ ਘਰੇ ਜਾ ਕੇ ਤੜਕੇ ਲਾਉਂਦੇ ਸੀ ਮਦਨ ਨੂੰ ਉਹਦਾ ਕਿਸਾਨਾਂ ਨੂੰ ਚਿੱਠੀ ਲਿਖੀ ਨੀ ਕੋਈ 726 ਮਰਵਾ ਲੇ 726 ਮਰ ਗਏ ਸ਼ਰਧਾਂਜਲੀ ਦਿੱਤੀ ਜੋ 726 ਮਰੇ ਸੀ ਲੈ ਕਿਉਂ ਨੀ ਦਿੱਤੀ ਕੱਲੇ ਕੱਲ ਮੁੱਖ ਮੰਤਰੀ ਸਾਹਿਬ ਫਲੋਰ ਕ੍ਰੋਸ ਨਹੀਂ ਕਰੇਗੇ ਬਾਈ ਨੇਮ ਬਾਈ ਨੇਮ ਦਿੱਤੀ ਹਾਂਜੀ ਯਾ ਦਿਸ ਇਜ਼ ਅ ਸੀਐਮ ਦਿਸ ਇਜ਼ ਅ ਸੀਐਮ ਇਹ ਲੋਕਾਂ ਦਾ ਸੀਐਮ ਹੈ ਜਨਾਬ ਤੁਹਾਡਾ ਪ੍ਰੋਟੋਕਾਲ ਤੁਸੀਂ ਪ੍ਰੋਟੋਕਾਲਾਂ ਚੋਂ ਬਾਹਰ ਨਹੀਂ ਨਿਕਲਦੇ ਲੈ ਕੇ 1.25 ਲੱਖ ਦੇ ਸ਼ਾਲ ਤੁਰੇ ਫਿਰਦੇ ਹੋ ਤੁਸੀਂ ਕੁਰਸੀ ਨਹੀਂ ਮਿਲਣੀ ਆਪਣਾ ਸਾਰੇ ਮਾਣਯੋਗ ਸਾਥੀ ਬੈਠਣਗੇ ਸਾਰੇ ਮਾਣਯੋਗ ਸਾਥੀ ਬੈਠਣਗੇ ਸੋ ਬਹਿਸ ਦਾ ਬਹਿਸ ਦਾ ਸਮਾਂ ਮੇਰੇ ਕੋਲੇ ਆਇਆ ਇਹਦੇ ਵਿੱਚ ਪਾਰਟੀਆਂ ਦੀ ਇੱਕ ਮਿੰਟ ਅਨਾਊਂਸਮੈਂਟ ਸੁਣ ਲਓ ਜੀ ਅਨਾਊਂਸਮੈਂਟ ਸੁਣ ਲਓ ਅਨਾਊਂਸਮੈਂਟ ਰਾਹੁਲ ਗਾਂਧੀ ਕਿਹਨੇ ਬਹਿਲਾ ਰਾਹੁਲ ਗਾਂਧੀ ਕਿਹਨੇ ਬਹਿਲਾ ਮੈਂ ਸੋਨੀਆ ਗਾਂਧੀ ਰਾਹੁਲ ਗਾਂਧੀ ਨੇ ਬੈਠੇ ਕਹਿਣਾ ਮਰਵਾਉਣ ਵਾਲੇ ਤੇ ਸਾਡੇ ਸਮਝੌਤੇ ਕਰਦੇ ਇੱਕ ਪਾਸੇ ਤਾਂ ਸਮਝੌਤੇ ਕਰ ਕਹਿ ਉਹਨਾਂ ਨੂੰ ਕਹਿ ਉਹਨਾਂ ਨੂੰ ਕਹਿ ਕੁਰੂਖੇਤਰ ਵੀ ਨਾ ਦੇਣ ਮੁੱਖ ਮੰਤਰੀ ਸਾਹਿਬ ਗੁਜਰਾਤ ਚ ਵੀ ਨਾ ਛੱਡਣ ਕਹਿ ਫਿਰ ਜਾ ਕਹਿ ਜੇ ਤੇਰੀ ਨਹੀਂ ਚੱਲਦੀ ਹੈ ਉਹ ਮੇਲੇ ਨੂੰ ਪੁੱਛਦਾ ਉੱਥੇ ਇੱਕ ਅਨਾਊਂਸਮੈਂਟ ਕੀ ਹੈ ਕੋਈ ਸਾਰੇ ਮਾਣਯੋਗ ਵਿਧਾਇਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਸਪੀਕਰ ਸਾਹਿਬ ਜੀ ਮੇਰਾ ਗਿਫਟ ਹੈ ਇੱਕ ਮਿੰਟ ਸਰ ਸਰ ਨਹੀਂ ਸਪੀਕਰ ਸਾਹਿਬ ਇਹ ਚੰਦਰ ਭਾਰਤ ਨੂੰ ਲਾਉਣਾ ਨਾ ਅੰਦਰੋਂ ਲਾਉਣਾ ਤਾਂ ਕਿ ਇੱਥੇ ਰਹਿਣ ਲੋਕਤੰਤਰ ਦਾ ਮਜ਼ਾ ਆਵੇ ਵਿਪਕਸ਼ ਹੋਵੇ ਸਪੀਕਰ ਸਾਹਿਬ ਸਪੀਕਰ ਸਾਹਿਬ ਚਲੋ 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 ਆਪਾਂ ਬਹੁਤ ਟਾਈਮ ਖਰਾਬ ਨਹੀਂ ਕਰਦੇ ਦੇਖੋ ਇੱਥੇ ਨਾ ਕਿਸੇ ਨੇ ਜਿੰਦਰਾ ਲਾਇਆ ਇੱਕ ਮਿੰਟ ਮੇਰੀ ਗੱਲ ਸੁਣੋ ਨਾ ਲਾਉਣਾ ਮਾਣਯੋਗ ਮੁੱਖ ਮੰਤਰੀ ਸਾਹਿਬ ਦੀ ਗੱਲ ਮੈਂ ਐਪਰੀਸ਼ੀਏਟ ਕਰਦਾ ਇਹ ਚਾਹੁੰਦੇ ਵੀ ਡਿਸਕਸ਼ਨ ਹੋਵੇ
ਜਦੋਂ ਆਪਣੀ ਗੱਲ ਕਹਿ ਕੇ ਇੱਕ ਪੱਖ ਤੁਰਾ ਜਾ ਤੁਰ ਜਾਂਦਾ ਸਪੀਕਰ ਲੋਕਾਂ ਦੀ ਗੱਲ ਸੁਣਦਾ ਨੀ, ਇਹ ਤੇ ਗਲਤ ਗੱਲ ਹੈ ਨਾ ਸਪੀਕਰ ਸਾਹਿਬ। ਅਸਲ ਚ ਜਿੰਦੇ ਨਾਲ ਫਸ ਗਏ, ਅਸਲ ਚ ਜਿੰਦੇ ਨਾਲ ਫਸ ਗਏ। ਮੈਂ ਤੁਹਾਨੂੰ ਗਿਫਟ ਦਿੱਤਾ, ਮੈਂ ਇਹ ਨਾਲ ਬੇਨਤੀ ਕਰ ਦਿੰਦਾ, ਜੇ ਬਾਹਰ ਜਾਣਾ ਚਾਹੁੰਦੇ ਨੇ ਤਾਂ ਇਹਨਾਂ ਨੂੰ ਜਾ ਲੈਣ ਦੋ ਜੀ, ਉਹ ਤੋਂ ਬਾਅਦ ਚਲਾ ਲਾਂਗੇ ਫਿਰ ਆਪਾਂ, ਤਾਂ ਕਿ ਅੰਦਰ ਨਾ ਆ ਸਕਣ ਫਿਰ ਦੁਬਾਰਾ। ਚਲੋ ਚਲੋ ਸਪੀਕਰ ਸਾਹਿਬ, ਇਹਨਾਂ ਨੇ ਜਾਣਾ, ਇਹਨਾਂ ਨੇ ਜਾਣਾ, ਇਹ ਸੱਚ ਸੁਣ ਨੀ ਸਕਦੇ, ਇਹਨਾਂ ਨੇ ਜਾਣਾ, ਇਹਨਾਂ ਨੂੰ ਜਾਣ ਦਾ ਕੋਈ ਬਹਾਨਾ ਦੇ ਦੋ ਜੀ। ਦੇਖੋ ਮਾਨਯੋਗ ਮੁੱਖ ਮੰਤਰੀ ਸਾਹਿਬ, ਮਾਨਯੋਗ ਲੀਡਰ ਆਫ ਆਪੋਜੀਸ਼ਨ, ਤਾਲਾ ਅੰਦਰੋਂ ਲੱਗ ਰਿਹਾ ਮਿਸਟਰ ਬਾਜਵਾ, ਜਿਹੜੀ ਤਾਲਾ ਅੰਦਰੋਂ ਲੱਗ ਰਿਹਾ, ਤਾਲਾ ਬਾਹਰੋਂ ਨੀ ਲੱਗ ਰਿਹਾ, ਤਾਲਾ ਅੰਦਰੋਂ ਲੱਗ ਰਿਹਾ ਤਾਂ ਕਿ ਤੁਸੀਂ ਅੰਦਰ ਰਹੋ। ਚਲੋ ਜਾਓ ਸਪੀਕਰ ਸਾਹਿਬ, ਇਹਨਾਂ ਨੂੰ ਜਾਣ ਦੋ, ਇਹਨਾਂ ਨੂੰ ਜਾਣ ਤੋਂ ਬਾਅਦ ਕਰ ਲਾਂਗੇ। ਬੈਠੋ ਸਾਰੇ ਮਾਨਯੋਗ ਮੈਂਬਰ ਸਭਾ ਨੂੰ ਬੇਨਤੀ ਹੈ ਕਿ ਉਹ ਬੈਠਣ, ਆਪਣੀ ਆਪਣੀ ਜਗ੍ਹਾ ਤੇ ਬੈਠਣ। ਬੈਠੋ 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 ਜੀ, ਬੈਠੋ ਡਾਕਟਰ ਸਾਹਿਬ, ਬੈਠੋ ਰਾਜਾ ਜੀ, ਬੈਠੋ ਅਮਨ ਜੀ, ਬੈਠੋ ਬੈਠੋ ਜੀ, ਬੈਠੋ ਜੀ, ਬੈਠੋ ਬੈਠੋ। ਕੋਈ ਵੀ ਮੈਂਬਰ, ਮੈਂ ਬੈਠੋ, ਤੁਸੀਂ ਬੈਠੋ ਜੀ। ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ, ਗੱਲ ਕੰਟੀਨਿਊ ਕਰੋ, ਚੇਅਰ ਨੋਟਿਸ ਕਰੋਗੇ ਜੀ। ਜੀ ਧੰਨਵਾਦ ਤੇ ਬਹੁਤ ਬਹੁਤ ਮਿਹਰਬਾਨੀ ਸਪੀਕਰ ਸਾਹਿਬ। ਅੱਜ ਜੋ ਰਾਜਪਾਲ ਸਾਹਿਬ ਦਾ ਭਾਸ਼ਣ, ਜਿਹਨੂੰ ਕਿ ਪੂਰਾ ਨਹੀਂ ਹੋਣ ਦਿੱਤਾ ਗਿਆ ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਸੱਚ ਲਿਖਿਆ ਹੋਇਆ। ਇੱਕ ਮਿੰਟ ਮੁੱਖ ਮੰਤਰੀ ਸਾਹਿਬ, ਇੱਕ ਮਿੰਟ, ਮੈਂ ਬਾਜਵਾ ਸਾਹਿਬ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ, ਇਹ ਹਾਊਸ ਦੀ ਰੈਜੂਲੇਸ਼ਨ ਨਾਲ ਹੋਇਆ, ਸੋ ਇਹ ਡਿਸਕਸ਼ਨ ਪਹਿਲਾਂ ਹੋਏਗਾ, ਇਹ ਰੈਜੂਲੇਸ਼ਨ ਹੋਇਆ ਜੀ। ਉਦੋਂ ਤੁਸੀਂ ਆਏ ਨੀ ਸੀ, ਉਦੋਂ ਤੁਸੀਂ ਆਏ ਨੀ ਸੀ, ਧਿਆਨ ਨਹੀਂ ਦਿੱਤਾ, ਉਦੋਂ ਤੁਸੀਂ ਆਏ ਨੀ, ਧਿਆਨ ਦਿਆ ਕਰੋ, ਤੁਸੀਂ ਧਿਆਨ ਦਿਆ ਕਰੋ, ਕਿੱਥੇ ਮੁੱਖ ਮੰਤਰੀ ਸਾਹਿਬ, ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ। ਮੈਂ ਬੋਲਾ ਜੀ ਜੀ, ਪਲੀਜ਼ ਪਲੀਜ਼ ਕੰਟੀਨਿਊ ਕਰੋ ਤੁਸੀਂ ਇਹਨੇ ਗੱਲ। ਸਪੀਕਰ ਸਾਹਿਬ, ਕੁਐਸਚਨ ਆਵਰ ਤੇ ਜ਼ੀਰੋ ਆਵਰ ਲੈਣਾ ਤੁਹਾਡਾ ਪੈਰੋਗੇਟਿਵ ਹੈ। ਤੁਸੀਂ ਘੰਟੇ ਬਾਅਦ ਲੈ ਲਿਓ, ਤੁਸੀਂ 2 ਘੰਟਿਆਂ ਬਾਅਦ ਕੁਐਸਚਨ ਆਵਰ ਕਰ ਲਿਓ, ਜ਼ੀਰੋ ਕਰ ਲਿਓ। ਜੇ ਤੁਸੀਂ ਅੱਜ ਇਸ ਗੱਲ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਕਿ ਰਾਜਪਾਲ ਦੇ ਭਾਸ਼ਣ ਤੇ ਡਿਬੇਟ ਸ਼ੁਰੂ ਹੋਵੇ, ਤਾਂ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ, ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਰਾਜਪਾਲ ਦੇ ਭਾਸ਼ਣ ਬਾਰੇ। ਜੋ ਮਰਜ਼ੀ ਬੋਲ ਲਿਓ, ਬੋਲੋ, ਕਿਉਂਕਿ ਉਦੋਂ ਤੱਕ ਇਹਨਾਂ ਨੇ ਚਲੇ ਜਾਣਾ, ਇਹ ਇੰਨੀ ਦੇਰ ਬੈਠਣ ਵਾਲੇ ਹੈ ਨੀ, ਇਹ ਬਿਨਾਂ ਸੱਤਾ ਤੋਂ ਬੈਠ ਨੀ ਸਕਦੇ, ਇਹਨਾਂ ਨੂੰ ਟੀਵੀ ਤੇ ਆਉਣ ਦਾ ਚਾਹ ਹੈ, ਬਾਹਰ ਜਾਣਾ ਇਹਨਾਂ ਨੇ। ਹੁਣ ਬਾਹਰ ਵਾਸਤੇ ਮੈਂ ਜਿੰਦਾ ਗਿਫਟ ਕਰਤਾ, ਹੁਣ ਬਾਹਰ ਵੀ ਨੀ ਜਾ ਸਕਦੇ, ਤੇ ਮੈਨੂੰ ਵੀ ਸ਼ੌਕ ਹੈ ਨੀ,
ਮੈਂ 17.5 ਸਾਲ ਦਾ ਮਸ਼ਹੂਰ ਹੋ ਗਿਆ ਸੀ, ਮੈਨੂੰ ਕਿਸੇ ਟੀਵੀ ਤੇ ਆਉਣ ਦਾ ਸ਼ੌਕ ਹੈ ਨਹੀਂ। ਤੁਹਾਡੇ ਬੇਟੇ ਨੂੰ ਸ਼ੌਕ ਹੈ ਕਿ ਮੈਨੂੰ ਫਿਲਮਾਂ ਦਾ ਹੀਰੋ ਬਣਾ ਦਿਓ, ਨਹੀਂ ਬਣਾ ਸਕਦੇ ਤੁਸੀਂ। ਜੇ ਪੈਸੇ ਦੀ ਖੇਡ ਹੁੰਦੀ ਨਾ ਕਲਾ, ਤੁਸੀਂ ਮੈਨੂੰ ਕਹਿਣਾ ਮੈਂ 150 ਰੁਪਇਆ ਲੈਂਦਾ ਸੀ ਮੁਹੰਮਦ ਸਦੀਕ ਤੋਂ, ਮੈਂ ਲੈਂਦਾ ਸੀ, ਮੈਂ ਕਲਾ ਕਰਕੇ ਮਸ਼ਹੂਰ ਹੋਇਆ। ਤੁਹਾਡਾ ਬੇਟਾ ਕਿੰਨੇ ਸਾਲਾਂ ਤੋਂ ਕਹੀ ਜਾਂਦਾ ਪਾਪਾ ਮੇਰੇ ਵਾਸਤੇ ਫਿਲਮ ਬਣਾ ਦਿਓ, ਮੈਨੂੰ ਕੋਈ ਪ੍ਰੋਡਿਊਸਰ ਹੀਰੋ ਨਹੀਂ ਲੈਂਦਾ। ਇਹ ਪੈਸੇ ਦੀ ਖੇਡ ਨਹੀਂ ਹੁੰਦੀ, ਇਹ ਪੈਸੇ ਦੀ ਖੇਡ ਨਹੀਂ ਹੁੰਦੀ ਕਲਾ, ਇਹ ਜਿਹੜੀ ਆਰਟ ਹੈ ਨਾ ਕਲਾ, ਇਹ ਬਹੁਤ ਵੱਡੀ ਗੱਲ ਹੈ। ਹਾਂ ਹਾਂ, ਤੇ ਤੁਸੀਂ ਮੈਨੂੰ ਕਹਿ ਰਹੇ ਹੋ ਇਹ 600 ਰੁਪਇਆ ਦਿਹਾੜੀ ਲੈਂਦਾ ਸੀ, ਇਹ ਜਬੜੀਆਂ ਮਾਰਦਾ ਸੀ, ਤੇ ਤੁਸੀਂ ਉਹੀ ਤੁਹਾਡਾ ਐਮ ਪੀ ਆ ਹੋ। ਸਪੀਕਰ ਸਾਹਿਬ ਤੁਸੀਂ ਚੇਅਰ ਨੂੰ ਜੀ ਜੀ ਸਰ, ਇਹਨਾਂ ਕਰਕੇ ਅਸੀਂ ਮੋਬਾਈਲ ਰਿਪੇਅਰ ਕਰਨ ਵਾਲੇ ਰਹੇ, ਇਹਨਾਂ ਦੀਆਂ ਸਰਕਾਰਾਂ ਕਰਕੇ ਅਸੀਂ ਮਟੀਰੀਅਲ ਬਣ ਗਏ, ਇਹਨਾਂ ਦੀਆਂ ਸਰਕਾਰਾਂ ਕਰਕੇ ਅਸੀਂ 150 ਰੁਪਇਆ 500 ਰੁਪਇਆ ਦਿਹਾੜੀ ਤੇ ਅਸੀਂ ਸਟੇਜਾਂ ਤੇ ਜਾਂਦੇ ਰਹੇ, ਅਸੀਂ ਆਪਣੀਆਂ ਮਿਹਨਤਾਂ ਨਾਲ ਆਪਣੀਆਂ ਪ੍ਰਾਪਤੀਆਂ ਕੀਤੀਆਂ, ਅਸੀਂ ਵੋਟਾਂ ਚ ਖੜੇ ਹੋਏ, ਅਸੀਂ ਇਹਨਾਂ ਵਾਂਗੂ ਪੈਸੇ ਨਹੀਂ ਵੰਡੇ। ਸਾਡੇ ਬਾਪੂਆਂ ਨੇ ਇਹਨਾਂ ਦੇ ਬਾਪੂਆਂ ਵਾਂਗੂ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਨਹੀਂ ਕੀਤੀ, ਅਸੀਂ ਤਾਂ ਕਰਕੇ ਮਟੀਰੀਅਲ ਆ ਜੀ, ਅਸੀਂ ਮਿਹਨਤੀ ਆ, ਅਸੀਂ ਕੰਮ ਆ, ਅਸੀਂ ਕਿਰਤੀ ਆ, ਇਹਨਾਂ ਨੂੰ ਮਟੀਰੀਅਲ ਲੱਗਦਾ। ਇੰਨੀ ਮਾੜੀ ਆਪੋਜੀਸ਼ਨ ਦੇ ਹੁੰਦੇ ਹੋਏ ਵੀ ਮੈਨੂੰ ਬੋਲਣ ਦਾ ਮੌਕਾ ਦਿੱਤਾ ਹੈ, ਤੇ ਮੈਂ ਪੰਜਾਬ ਦੇ ਵਿੱਚ ਜੋ ਪਿਛਲੇ 2 ਸਾਲ ਤੋਂ 16 ਮਾਰਚ ਨੂੰ 2 ਸਾਲ ਹੋਣਗੇ ਤੇ ਉਹ 2 ਸਾਲਾਂ ਅਸੀਂ ਕੀ ਕੀਤਾ ਇਹਦੇ ਬਾਰੇ ਵੈਸੇ ਗਵਰਨਰ ਦੀ ਮਾਨਯੋਗ ਗਵਰਨਰ ਦੀ ਸਪੀਚ ਦੇ ਵਿੱਚ ਸੀ, ਪਰ ਕਿਉਂਕਿ ਸੱਚ ਸੁਣ ਨਹੀਂ ਸਕਦੇ, ਇਹਨਾਂ ਨੇ ਗਵਰਨਰ ਸਾਹਿਬ ਦੀ ਸਪੀਚ ਨੂੰ ਡਿਸਟਰਬ ਕੀਤਾ। ਔਰ ਮਾਨਯੋਗ ਗਵਰਨਰ ਸਾਹਿਬ ਨੂੰ ਇਹ ਕਹਿਣਾ ਪਿਆ ਕਿ ਮੈਂ ਬਿਨਾਂ ਕਿਸੇ ਕੌਮਾ ਬਿੰਦੀ ਕੱਟੇ ਇਹ ਸਾਰਾ ਭਾਸ਼ਣ ਪੜ੍ਹਨਾ ਚਾਹੁੰਦਾ ਸੀ, ਪਰ ਆਪੋਜੀਸ਼ਨ ਜਿਹੜੀ ਹੈ ਉਹ ਸੁਣਨਾ ਨਹੀਂ ਚਾਹੁੰਦੀ, ਤੇ ਮੇਰੇ ਭਾਸ਼ਣ ਨੂੰ ਸਾਰੇ ਨੂੰ ਪੜਿਆ ਗਿਆ ਸਮਝਿਆ ਜਾਵੇ। ਬਹੁਤ ਵੱਡੀ ਗੱਲ ਹੈ ਕਿ ਟੇਬਲ ਤੇ ਉਹ ਭਾਸ਼ਣ ਜਿਹੜਾ ਉਹ ਟੇਬਲ ਹੋ ਗਿਆ ਸਰ। ਸੋ ਮੈਂ ਗੱਲਾਂ ਇਹਨਾਂ ਨੇ ਜੋ ਮਰਜ਼ੀ ਕਰਨੀਆਂ ਗੱਲਾਂ, ਇਹਨਾਂ ਦੀਆਂ ਗੱਲਾਂ ਦਾ ਪੰਜਾਬ ਨਾਲ ਕੋਈ ਸੰਬੰਧ ਨਹੀਂ, ਇਹਨਾਂ ਦਾ ਬਿਜਲੀ ਮੁਫ਼ਤ ਨਾਲ ਕੋਈ ਸੰਬੰਧ ਨਹੀਂ, ਇਹਨਾਂ ਦਾ ਤੀਰਥ ਯਾਤਰਾਵਾਂ ਨਾਲ ਕੋਈ ਸੰਬੰਧ ਨਹੀਂ, ਇਹਨਾਂ ਦਾ ਪ੍ਰਾਈਵੇਟ ਫਰਮਨ ਪਲਾਂਟ ਖਰੀਦ ਲਏ ਇਹਨਾਂ ਨਾਲ ਕੋਈ ਸੰਬੰਧ ਨਹੀਂ, ਇਹਨਾਂ ਦਾ ਸਕੂਲ ਆਫ ਐਮੀਨੈਂਸ ਨਾਲ ਕੋਈ ਸੰਬੰਧ ਨਹੀਂ, ਇਹਨਾਂ ਦਾ ਆਮ ਆਦਮੀ ਕਲੀਨਿਕਾਂ ਨਾਲ ਕੋਈ ਸੰਬੰਧ ਨਹੀਂ। ਸਰ ਇਹਨਾਂ ਨੂੰ ਲੈਣਾ ਦੇਣਾ ਕੱਖ ਨਹੀਂ, ਕੁਰਸੀਆਂ ਚਾਹੀਦੀਆਂ ਇਹਨਾਂ ਨੂੰ, ਕੁਰਸੀਆਂ ਚਾਹੀਦੀਆਂ। ਖਹਿਰਾ ਸਾਹਿਬ ਹਜੇ ਕਾਂਗਰਸ ਚ ਹੋ, ਖਹਿਰਾ ਸਾਹਿਬ ਕਾਂਗਰਸ ਚ ਹੋ, ਅੱਜ ਕੱਲ ਕਿੱਥੇ ਹੋ ਅੱਜ ਕੱਲ? ਪਹਿਲਾਂ ਕਾਲੀਆਂ ਕੋਲੇ ਸੀ, ਮੈਂ ਤਾਂ ਖੜਾ ਛਡਾ ਲਿਆ ਸੀ, ਇਹ ਤੋਂ ਵੀ ਛਡਾ ਲਓ, ਇਹ ਮਾਂਜੂ ਤੁਹਾਨੂੰ, ਇਹ ਮਾਂਜੂ ਇਹ ਸਾਡੇ ਕੋਲ ਹੀ ਰਿਹਾ, ਪਹਿਲਾਂ ਸਾਡੇ ਕੋਲ ਹੀ ਰਿਹਾ ਸੀ, ਤੁਹਾਨੂੰ ਕਹਿੰਦੇ ਆ ਸਾਡਾ ਤਜਰਬਾ ਬਹੁਤ ਮਾੜਾ, ਇਹ ਤੁਹਾਨੂੰ ਮਾਂਜੂ ਸਾਰਿਆਂ ਨੂੰ। ਦੇਖਿਓ ਐਸੇ ਕਰਕੇ ਜਿੰਦਰ ਲਾਉਣਾ, ਇਹ ਇਹ ਬਹਾਨਾ ਲੱਭ ਕੇ ਭੱਜਣਗੇ, ਹੁਣ ਭੱਜਣਗੇ ਹੁਣ ਮੈਂ ਇਹ ਤਵੱਕੋ ਕਰਦਾ ਹੈ ਕਿ ਜਿਹੜਾ ਵਿਪਕਸ਼ ਹੈ ਉਹ ਵੀ ਜਿੰਮੇਵਾਰੀ ਨਾਲ, ਕਿਉਂਕਿ ਇੱਥੇ ਸੁਣਨ ਲਈ ਬਹਿਸ ਕਰਨ ਲਈ ਭੇਜਿਆ ਗਿਆ, ਉਹ ਇੱਥੇ ਬਹਿ ਕੇ ਸੁਣਨਗੇ। ਮੈਂ ਤਵੱਕੋ ਕਰਾਂ ਜੀ ਮੁੱਖ ਮੰਤਰੀ ਸਾਹਿਬ, ਜਦੋਂ ਇੱਕ
ਜੀ ਮੁੱਖ ਮੰਤਰੀ ਸਾਹਿਬ ਸਰ ਮੈਂ ਇੱਕ ਹੋਰ ਦੇਵਾਂ ਇੱਕ ਹੋਰ ਦੇ ਦੇਣਾ ਇਹਨੇ ਜੀਭ ਤੇ ਲਾ ਦੋ ਬੋਲਣੀ ਦਿੰਦੇ ਕਿਸੇ ਨੂੰ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਮੇਰਾ ਮੇਰੀ ਵਾਰੀ ਹੈ ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ ਹਾਂ ਤਰੀਕਾ ਤੁਸੀਂ ਇੱਥੇ ਠੀਕ ਆਉਣਾ ਤੁਸੀਂ ਇੱਥੇ ਠੀਕ ਆਉਣਾ ਮੁੱਖ ਮੰਤਰੀ ਸਾਹਿਬ ਨੂੰ ਬੋਲੋ ਉਹ ਕਸਟੋਡੀਅਨ ਆਫ ਦਾ ਹਾਊਸ ਨੇ ਚਲੋ ਫਿਰ ਤੁਸੀਂ ਬੈਠੋ ਜੀ ਸਪੀਕਰ ਸਾਹਿਬ ਤੁਸੀਂ ਬੈਠੋ ਉਹਨਾਂ ਦੀ ਗੱਲ ਆ ਗਈ ਹੈ ਇਹ ਆਪਦੀ ਗੱਲ ਕਹਿ ਕੇ ਭੱਜ ਮੁੱਖ ਮੰਤਰੀ ਸਾਹਿਬ ਬੋਲੋ ਬੋਲੋ ਤੇ ਉਹੀ ਗੋਲੀਆਂ ਤਾਂ ਡੇਢ ਸਾਲ ਉਦੋਂ ਵੀ ਚੱਲੀਆਂ ਜਦੋਂ ਕੈਪਟਨ ਦੀ ਸਰਕਾਰ ਸੀ ਡੇਢ ਸਾਲ ਉਦੋਂ ਵੀ ਚੱਲੀਆਂ ਸੀ ਤੇ ਉਦੋਂ ਤੁਸੀਂ ਕਿੰਨੀਆਂ ਚਿੱਠੀਆਂ ਲਿਖੀਆਂ ਸੀ ਤੜਕਾ ਲਾਉਂਦਾ ਸੀ ਕੈਪਟਨ ਦੇ ਘਰੇ ਜਾ ਕੇ ਮੀਟ ਨੂੰ ਤੜਕਾ ਲਾਉਂਦਾ ਸੀ ਤੇ ਕਦੇ ਕਿਸਾਨਾਂ ਬਾਰੇ ਗੱਲ ਕੀਤੀ ਕਦੇ ਉਦੋਂ ਡੇਢ ਸਾਲ 726 ਮਰਵਾਦ ਦੇ ਕਦੇ ਸ਼ਰਧਾਂਜਲੀ ਦਵਾਈ ਕਦੇ ਸ਼ਰਧਾਂਜਲੀ ਦਵਾਈ 726 ਨੂੰ ਹੁਣ ਇਹਨਾਂ ਨੂੰ ਪਿਆਰ ਆ ਗਿਆ ਹੁਣ ਸੀਐਮ ਸਾਹਿਬ ਚੇਅਰ ਨੂੰ ਅਡਰੈਸ ਕਰਨਗੇ ਚੇਅਰ ਨੂੰ ਬੈਠੋ ਜੀ ਬਾਜਵਾ ਸਾਹਿਬ ਬੈਠੋ ਬੈਠੋ ਚਲੋ ਚਲੋ ਜਿੰਦਾਬਾਦ ਸਰ ਮਾਰਸ਼ਲ ਇਹ ਭੱਜਣਗੇ ਹੁਣ ਭੱਜਣਗੇ ਹੁਣ ਤੁਸੀਂ ਭੱਜੋ ਬੈਠੋ 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 ਬੈਠਾ ਜੀ ਬੈਠੋ 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 ਜੀ ਸੀਐਮ ਸਾਹਿਬ ਕੰਟੀਨਿਊ ਕਰੋ ਜੀ ਉਹ ਪਤਾ ਲੱਗ ਜੂਗਾ ਪਤਾ ਲੱਗ ਜੂ ਉਹ ਸੋਨੇ ਦੇ ਬਿਸਕਟਾਂ ਲਿਓ ਸੋਨੇ ਦੇ ਬਿਸਕਟਾਂ ਲਿਓ ਚਲੋ ਗੱਲ ਕਰਦੇ ਆ ਬੈਠੋ ਹਾਂਜੀ ਤੁਸੀਂ ਭੱਜ ਜਾਂਦੇ ਹੋ ਤੁਸੀਂ ਭੱਜ ਜਾਂਦੇ ਹੋ ਤੁਸੀਂ ਗਵਰਨਰ ਦਾ ਭਾਸ਼ਣ ਨਹੀਂ ਦੇਣ ਦਿੱਤਾ ਤੁਸੀਂ ਭੱਜ ਜਾਂਦੇ ਹੋ ਇਸ ਤੋਂ ਪਹਿਲਾਂ ਕਿ ਮੈਂ ਕੁਛ ਬੋਲਾਂ ਮੈਂ ਇੱਕ ਗਿਫਟ ਲੈ ਕੇ ਆਇਆ ਤੁਹਾਡੇ ਲਈ ਸ਼ਾਇਦ ਭਾਰਤ ਦੀ ਰਾਜਨੀਤੀ ਦੇ ਵਿੱਚ ਇਹ ਪਹਿਲੀ ਵਾਰ ਹੋਊਗਾ ਕਿ ਇਸ ਤਰ੍ਹਾਂ ਦਾ ਗਿਫਟ ਕਿਸੇ ਹੈਡ ਆਫ ਦਾ ਹਾਊਸ ਵੱਲੋਂ ਹਾਊਸ ਦੇ ਵਿੱਚ ਸਪੀਕਰ ਨੂੰ ਪ੍ਰੈਜੈਂਟ ਕੀਤਾ ਗਿਆ ਹੋਊਗਾ ਮੈਂ ਸੈਕਟਰੀ ਸਾਹਿਬ ਨੂੰ ਬੇਨਤੀ ਕਰੂੰਗਾ ਲੋਕਾਂ ਤੱਕ ਪਹੁੰਚਾਓ ਸਪੀਕਰ ਸਾਹਿਬ ਤੱਕ ਪਹੁੰਚਾ ਲਓ ਜੀ ਪਲੀਜ਼ ਮੈਂ ਚਾਹੂੰਗਾ ਕਿ ਇਹਨੂੰ ਕੈਮਰੇ ਚੱਲ ਰਹੇ ਨੇ ਪਬਲਿਕ ਦੇ ਸਾਹਮਣੇ ਖੋਲਿਆ ਜਾਵੇ ਕੀ ਹੈ ਜੀ ਇਹ ਤਾਂ ਲੌਕ ਹੈ ਜੀ ਚਾਬੀਆਂ ਇੱਕ ਤਾਲਾ ਜਿੰਦਰਾ ਵੀ ਕਹਿ ਦਿੰਦੇ ਤਾਲਾ ਜਿੰਦਾ ਜੀ ਜਿੰਦਾ ਨਾਲ ਚਾਬੀਆਂ ਜੀ ਚਾਬੀਆਂ ਵੀ ਨੇ ਨਾਲ ਤੁਸੀਂ ਕਸਟੋਡੀਅਨ ਹੋ ਚਾਬੀਆਂ ਤੁਹਾਡੇ ਕੋਲ ਹੀ ਨੇ ਇਹ ਕਾਹਦੇ ਵਾਸਤੇ ਹੈ ਜੀ ਇਹ ਮੈਂ ਗਵਰਨਰ ਐਡਰੈਸ ਤੇ ਬੋਲੂੰਗਾ ਹੁਣ ਕਿਉਂਕਿ ਉਸ ਦਿਨ ਗਵਰਨਰ ਐਡਰੈਸ ਤੇ ਬੋਲਣ ਨਹੀਂ ਦਿੱਤਾ ਗਿਆ ਗਵਰਨਰ ਨੂੰ ਕਿਉਂਕਿ ਉਹਦੇ ਵਿੱਚ ਸੱਚ ਲਿਖਿਆ ਹੋਇਆ ਸੀ ਤਾਂ ਸੱਚ ਹੀ ਮੈਂ ਬੋਲੂੰਗਾ ਤਾਂ ਮੇਰੇ ਸਾਹਮਣੇ ਬੈਠੇ ਮੇਰੇ ਵਿਪਕਸ਼ ਦੇ ਸਾਥੀਆਂ ਤੋਂ ਬਰਦਾਸ਼ਤ ਨਹੀਂ ਹੋਣਾ ਇਹ ਸੱਚ ਉਹ ਫਿਰ ਕੀ ਕਰਨਗੇ ਸੱਚ ਸੁਣਦੇ ਸੁਣਦੇ ਥੋੜੀ ਦੇਰ ਬਾਅਦ ਮੁਰਦਾਬਾਦ ਕਰਕੇ ਨਾ ਉਧਰ ਦੀ ਬਾਹਰ ਨੂੰ ਭੱਜਣਗੇ ਮੈਂ ਚਾਹੁੰਦਾ ਇਹ ਜਿੰਦਾ ਅੰਦਰ ਲਾ ਦਿੱਤਾ ਜਾਵੇ
ਅੰਦਰ ਲਾ ਦਿੱਤਾ ਜਾਵੇ ਤਾਂ ਕਿ ਵਿਪਕਸ਼ ਇੱਥੇ ਬੈਠਾ ਰਹੇ ਤੇ ਸੁਣੇ, ਉਹ ਭੱਜੇ ਨਾ। ਆਮ ਤੌਰ ਤੇ ਕੀ ਹੁੰਦਾ, ਇਲਜ਼ਾਮ ਲੱਗਦਾ ਸੱਤਾਧਾਰੀਆਂ ਤੇ ਕਿ ਵਿਰੋਧੀਆਂ ਨੂੰ ਚੱਕ ਕੇ ਬਾਹਰ ਮਾਰ ਦਿਆ। ਇਹ ਪਹਿਲੀ ਵਾਰ ਹੋ ਰਿਹਾ ਕਿ ਮੈਂ ਤੁਹਾਨੂੰ ਲੋਕ ਗਿਫਟ ਕਰ ਰਿਹਾ ਕਿ ਵਿਰੋਧੀਆਂ ਨੂੰ ਬਾਹਰ ਨਹੀਂ ਕੱਢਣਾ, ਇੱਥੇ ਬਹਿ ਕੇ ਸੁਣਨ ਉਹ ਸੱਚ ਸੱਚ ਸੁਣਿਓ। ਇਹ ਤੁਹਾਡੀ ਮਰਜ਼ੀ ਹੈ ਜਿੰਦਾ ਕਦੋਂ ਲਾਉਣਾ। ਮੈਂ ਤੁਸੀਂ ਚੁੱਪ, ਤੁਸੀਂ ਤੁਸੀਂ ਫਿਕਰ ਨਾ ਕਰੋ, ਫਿਕਰ ਨਾ, ਇੱਕ ਮਿੰਟ ਬੈਠੋ ਇੱਕ ਮਿੰਟ। ਸਪੀਕਰ ਸਾਹਿਬ, ਸਪੀਕਰ ਸਾਹਿਬ, ਚਾਰ ਪੰਜ ਦਿਨ ਪਹਿਲਾਂ ਰਵਨੀਤ ਬਿੱਟੋ ਹੋਰੀ ਮਿਊਂਸੀਪਲ ਕਮਿਸ਼ਨਰ ਦੇ ਦਫ਼ਤਰ ਨੂੰ ਤਾਲਾ ਲਗਾਉਣ ਗਏ ਸੀ, ਉਹ ਤਾਲਾ ਠੀਕ ਹੈ? ਇਹ ਤਾਲਾ ਅੰਦਰੋਂ ਲਾ ਰਹੇ ਹਾਂ ਅੰਦਰੋਂ, ਤਾਂ ਕਿ ਤੁਸੀਂ ਇੱਥੇ ਬੈਠੇ ਰਹੋ, ਤੁਸੀਂ ਨਜ਼ਾਰੇ ਲੈਣ ਵਾਸਤੇ ਆਏ ਹੋ। ਦੋ ਮਿੰਟ ਮੁਰਦਾਬਾਦ ਕਰੋ, ਫੋਟੋ ਛਪ ਗਈਆਂ, ਚਲੋ ਤਾਲਾ ਲਵਾਓ। ਮੈਂ ਸਰ ਕਾਂਗਰਸ ਪਾਰਟੀ ਦੇ ਦਫ਼ਤਰ ਨੂੰ ਵੀ ਤਾਲਾ ਲਵਾਓ ਮਤੇ ਤੇ।